ਸਪੀਕਰ ਵੀ ਪਾੜ ਗਿਆ। ਹੁਣ ਮੈਂ ਕਿਸ ਤਰ੍ਹਾਂ ਨੱਚਾਂਗੀ ਦੱਸ ਨਾ ਮੈਨੂੰ, ਗੱਲ ਸੁਣਨੀ ਪੀਨੋ। ਨਹੀਂ ਮੇਰਾ ਪੂਰਾ ਨਾਂ ਲਿਆ ਕਰ। ਕੀ ਨਾਂ ਤੇਰਾ ਨਵਾਂ ਪਿਓ? ਪੀਨੋ ਕੋਠੇ ਟੱਪਣੀ। ਖਿਆਲ ਰੱਖਿਆ ਕਰ, ਕੀ ਹੋਇਆ ਇਹਨੂੰ? ਅਗੇ ਪਾੜ ਗਿਆ ਤਮਾਸ਼ ਪੀਣ ਨੂੰ, ਅਗੇ ਤਾਰਾਂ ਵੀ ਤੋੜ ਗਿਆ। ਹੁਣ ਮੈਂ ਕਿਸ ਤਰ੍ਹਾਂ ਨੱਚਾਂਗੀ? ਹੁਣ ਮੈਂ ਰਿਹਰਸਲ ਕਰਨੀ ਸੀ। ਤਾਰਾਂ ਤੋੜ ਗਿਆ, ਸਪੀਕਰ ਪਾੜ ਗਿਆ, ਜਾ ਨੀ ਪੀਨੋ ਅੰਦਰੋਂ ਢੋਲਕੀ ਲਿਆ ਫੜ ਕੇ। ਢੋਲਕੀ ਲਿਆ? ਉਹ ਕੱਲ ਮੇਰਾ ਤਮਾਸ਼ ਪੀਣ ਆਇਆ ਸੀ, ਉਹਨੂੰ ਸ਼ਰਾਬ ਪੀਤੀ ਜਾਣ ਲੱਗਾ, ਢੋਲਕੀ ਨੂੰ ਠੁੱਡ ਮਾਰਿਆ, ਉਹਦਾ ਪੂੜਾ ਹੀ ਪਾੜ ਦਿੱਤਾ ਉਹਨੇ। ਪੂੜਾ ਹੀ ਪਾੜ ਗਿਆ? ਨਹੀਂ, ਮਰ ਜਾਣੀ ਉਹ ਮਾਰੀ, ਇੰਨੇ ਪੁੜੇ ਪੜਵਾ ਬੈਠੀਆਂ। ਹੁਣ ਤੇ ਮੈਂ ਜੇ ਤੂੰ ਕੋਈ ਪੁੜਾ ਪਾਉਣ ਜਾਣੀ ਹੈ ਨਾ, ਉਹ ਵੀ ਮਸ਼ਕੂਕ ਨਾਲ ਨਜ਼ਰਾਂ ਨਾਲ ਵੇਖ ਕੇ ਕਹਿੰਦਾ, ਤੁਸੀਂ ਇੰਨੇ ਪੁੜੇ ਪੜਾਉਂਦੀਆਂ ਕਿੱਦਾਂ ਜੇ? ਹੈਂ? ਤੇ ਫੇਰ ਕਿ ਇੱਕ ਦਫਾ ਪੂੜਾ ਪਾੜ ਦਿੱਤਾ ਤੁਸੀਂ? ਗੱਲ ਇੱਕ ਦਫਾ ਪਾੜ ਦਿੱਤਾ? ਮੈਂ 17-18 ਪੁੜੇ ਪਵਾਈਆਂ ਨੇ। ਗੁਰੂ ਸਮਝਾ ਨਾ ਉਹਨੂੰ, ਉਹਦਾ ਤਮਾਸ਼ ਵੀ ਚੰਗਾ ਲੈ ਕੇ ਆਵੇ, ਸ਼ਰਾਬੀ ਤਮਾਸ਼ ਨਹੀਂ ਲੈ ਆਉਂਦੀ ਝੇਲ ਕੇ ਨਾਲ ਗੱਲਾਂ ਕਰਦੀ ਜੀ। ਤੇ ਕੋਈ ਗੱਲ ਨੀ, ਪੈਸੇ ਨੀ ਦੇ ਕੇ ਜਾਂਦਾ ਤਾਂ ਚੰਗੇ ਪੈਸੇ ਦੇ ਕੇ ਜਾਂਦਾ, ਤੁਹਾਨੂੰ ਰੋਟੀ ਵੀ ਖਿਲਾ ਕੇ ਜਾਂਦਾ ਵਾ। ਚੱਲ ਕੋਈ ਨੀ, ਫੇਰ ਕੀ ਹੋਇਆ, ਸਪੀਕਰ ਪਾਲ ਗਿਆ, ਤਾਰਾਂ ਤੋੜ ਗਿਆ। ਨਹੀਂ ਤੇਰੀ ਮੈਂ ਰਿਹਰਸਲ ਕਰਾਉਣੀ ਆ। ਹਾਏ, ਕਿਸ ਤਰ੍ਹਾਂ ਕਰੇਗੀ ਰਿਹਰਸਲ ਤੂੰ ਮੇਰੀ? ਨਹੀਂ ਜਾਣੀ, ਅੰਦਰੋਂ ਪਰਾਸ ਲਿਆ ਫੜ ਕੇ, ਮੈਂ ਵੀ ਜਾਣੀ ਤੇਰਾ ਸ਼ੰਗੋਲਾ ਚ ਕਰਨੀ ਆ। ਹਾਂ, ਤੂੰ ਬੜਾ ਕੰਮ ਭੁੱਲ ਗਈ। ਉਹ ਜੀ ਆਟਾ ਗੁੰਨੀ ਦਾ? ਆਟਾ ਬਾਅਦ ਚ ਗੁੰਨਾਂਗੇ, ਪਹਿਲੋ ਆਟੇ ਦਾ ਤੇ ਇੰਤਜ਼ਾਮ ਕਰ ਲਈਏ। ਬਿਜਲੀ ਹੁੰਦੀ ਜਾਣ ਡਈ ਆ, ਤੁਸੀਂ ਬੜੀ ਸਿਰ ਚੜਾਈ ਆ, ਸਮਝਦੇ ਹੋ ਨਾ? ਨਹੀਂ, ਉਹਨੂੰ ਸਿਰ ਚੜਾਈ ਨੀ, ਛੱਡ। ਉਹ ਇੰਨਾ ਖੁੱਲ ਕੇ ਚਮਕਦੀ ਆ, ਇੰਨਾ ਖੁੱਲ ਕੇ ਚਮਕਦੀ ਆ, ਕਿੰਨੇ ਪੈਸੇ ਲੈ ਕੇ ਆਉਂਦੀ ਆ, ਤੇ ਤੂੰ ਪਤਾ ਨੀ ਨੀ ਕਿੰਨੀ ਕੀ ਗੱਲ ਤੋਂ ਰੋਸ ਕੇ ਭਰੇ ਹੋਏ ਨੇ, ਇਹ ਰੋਟੀ ਸੁੱਕੀ ਹੁੰਦੀ ਆ। ਲਿਆ, ਮੈਂ ਹੁਣੇ ਗੱਲ ਨਹੀਂ, ਮੈਂ ਹੁਣੇ ਵਜਾਉਣਾ ਸ਼ੁਰੂ ਕਰ ਦੇਣੀ। ਚੱਲ ਤੁਸੀਂ ਆ, ਤਿਆਰ ਹੈ ਤੂੰ? ਮੈਂ ਤਿਆਰ ਹਾਂ। ਚੱਲ ਫਿਰ ਲਾ ਗੋਡੇ ਨੂੰ ਹੱਥ, ਫਿਰ ਸ਼ੁਰੂ ਹੋ। ਬੜਾ ਸ਼ੌਕ ਆ ਨੱਚਦਾ, ਜਦੋਂ ਦੇਖੋ ਨੀ ਚੁੱਪ ਕਰ, ਮੇਰੀ ਕਲਾਮਾ ਚੰਦਰ ਵਿੱਚ ਆਪ ਤੂੰ ਮੇਰੇ ਨਾਲ ਗਾਉਣ ਦਾ ਸਾਥ ਦੇ ਰਹੀ ਆ। ਚੱਲ ਸ਼ੁਰੂ ਹੋ। ਇਸ ਨੇ ਦਿਆ ਚੰਗੇ ਨਵੇਂ ਸੌਦਾ ਇੱਕ ਜਿਹਾ, ਇਸ ਨੇ ਦਿਆ ਚੰਗੇ ਨਵੇਂ ਸੌਦਾ ਇੱਕ ਜਿਹਾ, ਦਿਲ ਦੇਣਾ ਤੇ ਦਿਲ ਮੰਗਣਾ ਸੌਦਾ ਇੱਕ ਜਿਹਾ, ਸੌਦਾ ਇੱਕ ਜਿਹਾ, ਸਨੇ ਦਿਆ ਚੰਗਣਾ ਮੈਂ ਨੀ ਤੱਕਣਾ ਵੇ, ਤੈਨੂੰ ਅੱਧਾ ਬੂਹਾ ਢੋ ਕੇ ਤੱਕਦਿਆਂ ਰਹਿਣਾ ਸਦਾ ਸਾਹਮਣੇ ਖਲੋ ਕੇ, ਤੱਕਦਿਆਂ ਰਹਿਣਾ ਸਦਾ ਸਾਹਮਣੇ ਖਲੋ ਕੇ, ਤੂੰ ਜਿਸ ਗਲੀਓਂ ਲੰਘਣਾ ਵੇ ਸੌਦਾ ਇੱਕੋ ਜਿਹਾ, ਦਿਲ ਦੇਣਾ ਤੇ ਦਿਲ ਮੰਗਣਾ ਵੇ ਸੌਦਾ ਇੱਕੋ ਜਿਹਾ, ਦਿਲ ਦੇਣਾ ਵੇ ਦਿਲ ਮੰਗਣਾ ਵੇ ਸੌਦਾ ਇੱਕੋ ਜਿਹਾ। ਹੁਣ ਬਸ ਕਰ ਦੇ, ਨਹੀਂ ਜਾ ਰਹੀ ਤੂੰ ਪਾਣੀ ਦਾ ਗਲਾਸ ਲਿਆ ਰਹੀ ਗੁਰੂ ਜੀ ਦੇ? ਮੈਂ ਦੂਸਰਾ ਤੂੰ ਕਿਹੜਾ ਕਰ ਲਾ ਦੱਸ, ਮੈਂ ਜਿਹੜਾ ਪਹਿਲੋਂ ਦੱਸਿਆ ਉਹ ਦੱਸ। ਮਾਹੀ ਆਵੇਗਾ, ਮਾਹੀ ਆਵੇਗਾ, ਹਾਏ ਮਾਹੀ ਆਵੇਗਾ, ਮੈਂ ਫੁੱਲਾਂ ਨਾਲ ਧਰਤੀ ਸਜਾਵਾਂਗੀ, ਆਵੇਗਾ ਮੈਂ ਫੁੱਲਾਂ ਨਾਲ ਧਰਤੀ ਸਜਾਵਾਂਗੀ, ਉਹਨੂੰ ਰੰਗ ਲੈ ਪਲੰਗ ਤੇ ਬਿਠਾਵਾਂਗੀ, ਚੱਲਣ ਦੀ ਪੱਖੀਆਂ।
ਅੱਖੀਆਂ ਅੱਖੀਆਂ ਯਾਰੇ ਜਮਲਾ ਨਾਲ ਕਰਦੀ ਸਜਾਵਣੀ ਨੀਲੋ ਨੀ ਦਰਵਾਜ਼ਾ ਖੜਕਣ ਡਿਆ ਨੀ ਦੇਖ ਬਾਹਰ ਕੌਣ ਆਇਆ ਨੀ ਬਾਹਰ ਜਾ ਕੇ ਦੇਖ ਵੇਖ ਨਾ ਗੁਰੂ ਮੇਰਾ ਰੈਸਲ ਟਾਈਮ ਆ ਗੁੱਸਾ ਕਰਿਆ ਕਰ ਕੋਠੇ ਟੱਪਣੀ ਪੂਰਾ ਕਰਾ ਕੇ ਤੂੰ ਕੀ ਨਾਦਰ ਵਾਲ ਕੋਈ ਸ਼ਨਾਤੀ ਕਰ ਬਣਾਉਣਾ ਚੁੱਪ ਕਰ ਬੇਵਕੂਫ ਨੀ ਹੋਇਆ ਨੀ ਹੋਇਆ ਕੀ ਏ ਆਪਣੇ ਚੌਧਰੀ ਸਾਹਿਬ ਆਏ ਨੇ ਕਿਹੜੇ ਚੌਧਰੀ ਸਾਹਿਬ ਉਹ ਜਿਹੜੇ ਪਿਛਲੀ ਵਾਰ ਇਲੈਕਸ਼ਨ ਜਿੱਤ ਗਏ ਸੀ ਅੱਛਾ ਇਧਰ ਬੇਟੇ ਮੈਂ ਤੁਹਾਨੂੰ ਸ਼ਾਬਾ ਜੀ ਹੁਣ ਕੀ ਦੱਸਾਂ ਹੁਣ ਫਿਰ ਇਲੈਕਸ਼ਨ ਸਿਰ ਤੇ ਆਏ ਨੇ ਨਾ ਤੇ ਮਰਨੇ ਨੂੰ ਸਾਡੀ ਯਾਦ ਆ ਗਈ ਬੈਠੀ ਆ ਜਾ ਮੁੰਡੇ ਆ ਜਾ ਤੁਹਾਡੀ ਯਾਦ ਕਿਉਂ ਆਈ ਆ ਇਹ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਤੁਹਾਡੇ ਕੋਲ ਕਿਉਂ ਆਏ ਚੌਧਰੀ ਸਾਹਿਬ ਤੁਸੀਂ ਇੱਥੇ ਨਾ ਬੈਠੋ ਚੱਲ ਨੀਲੋ ਉੱਠ ਕੇ ਇੱਧਰ ਆ ਨੀ ਚੌਧਰੀ ਸਾਹਿਬ ਨੂੰ ਬਹਿਣ ਦੇ ਇੱਥੇ ਅਸੀਂ ਤੁਹਾਡੇ ਕੋਲ ਆ ਜਾਂਦੇ ਆ ਕੋਈ ਐਸੀ ਗੱਲ ਨਹੀਂ ਹੈਗੀ ਇਹ ਆਪਣੇ ਮੁਨਸ਼ੀ ਸਾਹਿਬ ਨੇ ਅੱਛਾ ਹਾਂਜੀ ਇਹ ਮੁਨਸ਼ੀ ਹੈ ਜ਼ਮੀਨਾਂ ਜ਼ਮੂਨਾਂ ਦਾ ਹਿਸਾਬ ਕਿਤਾਬ ਇਹਦੇ ਕੋਲ ਹੀ ਹੁੰਦਾ ਚੌਧਰੀ ਸਾਹਿਬ 5 ਸਾਲਾਂ ਬਾਅਦ ਸਾਡੀ ਕਿਵੇਂ ਯਾਦ ਆ ਗਈ ਤੁਸੀਂ ਤੇ ਜਿਉਂ ਇਲੈਕਸ਼ਨ ਜਿੱਤਿਆ ਸਾਡੇ ਘਰ ਕਦੀ ਫੇਰਾ ਹੀ ਨਹੀਂ ਪਾਇਆ ਤੁਹਾਡੇ ਨਾਲ ਉਹ ਚੰਗਾ ਜਿਹੜਾ ਇਲੈਕਸ਼ਨ ਹਾਰਿਆ ਨਾ ਪੂਰੇ 6 ਦਿਨ ਮੇਰੇ ਕਮਰੇ 'ਚੋਂ ਬਾਹਰ ਨਹੀਂ ਨਿਕਲਿਆ ਅਤੇ ਉਹ ਰੌਣਕਾਂ ਲਾਈਆਂ ਅਤੇ ਹੁਣ ਵੀ 5-7 ਦਿਨ ਹੀ ਇੰਝ ਕਰਕੇ ਆਉਂਦਾ ਰਾਤ ਫੇਰਾ ਪਾ ਕੇ ਚੱਲ ਜਾਂਦਾ ਉਹ ਤੈਨੂੰ ਕੀ ਪਤਾ ਹੋਵੇ ਕਿ ਕਿੰਨੇ ਮਸਲੇ ਮਸਾਇਲ ਹੁੰਦੇ ਨੇ ਹੈ ਇਲੈਕਸ਼ਨ ਜਿੱਤ ਕੇ ਉਹ 3 ਵਾਰੀ ਜ਼ਮਾਨਤ ਹੋ ਗਿਆ ਮੈਂ ਮਿੰਟਾਂ ਤਲੇ ਕਰਕੇ ਆਪਣੀ ਜ਼ਮਾਨਤ ਕਰਾ ਕੇ ਤਾਂ ਬਾਹਰ ਆਇਆ ਚੌਧਰੀ ਸਾਹਿਬ ਕੀ ਗੱਲ ਹੈ ਤੁਹਾਡੀ ਅਗਲੀ ਮੀਟਿੰਗ ਦਾ ਟਾਈਮ ਹੋ ਗਿਆ ਐਸਾ ਨਾ ਹੋਵੇ ਕਿ ਤੁਸੀਂ ਫੇਰ ਅੰਦਰ ਹੋ ਜਾਓ ਉਹ ਇੱਕ ਤਾਂ ਤੂੰ ਮੈਨੂੰ ਡਾਉਂਦਾ ਇਹਨਾਂ ਉਹ ਕਰਾਂਗੇ ਮੀਟਿੰਗ ਉਹ ਪਹਿਲੇ ਇਹਨਾਂ ਨਾਲ ਤਾਂ ਮਿਲ ਲਈ ਸਾਨੂੰ ਤੇ ਕਿਸੇ ਨੇ ਨਹੀਂ ਅੰਦਰ ਕੀਤਾ ਇੰਨੇ ਜਲਸੇ ਭੁਗਤਾਏ ਇੰਨੇ ਜਲੂਸ ਭੁਗਤਾਏ ਕਿਸੇ ਨੇ ਨਹੀਂ ਸਾਨੂੰ ਅੰਦਰ ਕੀਤਾ ਓਏ ਸ਼ੁਕਰ ਕਰੋ ਤੁਸੀਂ ਅੰਦਰ ਨਹੀਂ ਹੋਏ ਉਹ ਜਿਹੜਾ ਅੰਦਰ ਜਾਂਦਾ ਮੁੜ ਕੇ ਉਹਦਾ ਪਿੱਟ ਦਾ ਬਾਹਰ ਨਿਕਲਦਾ ਤੈਨੂੰ ਪਤਾ ਚੀਜ਼ ਦਾ ਅਸੀਂ ਇਸ ਵਕਤ ਨੰਗੇ ਰੋਣ ਪਿੱਟ ਤੋਂ ਤੇ ਗੁਰੂ ਜੀ ਤੁਸੀਂ ਲਾਜ਼ਮੀ ਅੰਦਰ ਹੋਣਾ ਨਹੀਂ ਤੇਰੇ ਸੋਹਣੇ ਲੱਗਦੇ ਆ ਬਾਹਰ ਫਿਰਦੇ ਅੰਦਰ ਹੋਣ ਦਾ ਤੁਹਾਨੂੰ ਬੜਾ ਸ਼ੌਕ ਆ ਨਹੀਂ ਮਰ ਜਾਣੀਆਂ ਨਿੱਕੀਏ ਤੇਰਾ ਵਿੱਚ ਬੋਲਣਾ ਜ਼ਰੂਰੀ ਆ ਕੀ ਹੋ ਗਿਆ ਤੈਨੂੰ ਕੋਈ ਗੱਲ ਫਿਰ ਤੇ ਚਲੋ ਸਿਰ ਬਾੜ ਦੇਖੀ ਅੰਦਰ ਹੁੰਦਾ ਅਸੀਂ ਆ ਗਏ ਤੁਹਾਡੇ ਕੋਲ ਟੈਨਸ਼ਨ ਨਹੀਂ ਲੈਣੀ ਤੁਹਾਡੇ ਸਾਰੇ ਮਸਲਿਆਂ ਦੇ ਹੱਲ ਅਸੀਂ ਕਰ ਲਾਂਗੇ ਚੌਧਰੀ ਤੈਨੂੰ ਕੀ ਦੱਸੀਏ ਫੰਕਸ਼ਨ ਆਉਂਦਾ ਜਾਈਦਾ ਬੜੀ ਤਿਆਰੀ ਨਾਲ ਅੱਛਾ ਕਿਤੋਂ ਕਿ 30,000 ਦਾ 40,000 ਦਾ ਲੱਗ ਗਿਆ ਤੇ ਹੁਣ ਏਦਾਂ ਦੇ ਹਾਲਾਤ ਬਣੇ ਕਿਤੇ 400-600-500 ਦਾ ਹਾਲਾਤ ਇੰਜ ਹੀ
ਔਰ ਟੈਨਸ਼ਨ ਨਾ ਲਵੋ ਕੋਈ ਵੀ, ਅਸੀਂ ਤੁਹਾਡੀ ਰੋਟੀ ਰੋਜ਼ੀ ਦਾ ਮਸਲਾ ਹੱਲ ਕਰਕੇ ਆਏ ਹਾਂ ਬਸ। ਅੱਛਾ ਜੀ, ਹਾਂਜੀ ਉਹਨੂੰ ਕੋਈ ਬੀਜ਼ੀ ਹੈ, ਚੌਧਰੀ ਸਾਹਿਬ ਬੀਜ਼ੀ ਨੇ ਸਾਹਿਬ, ਮੈਂ ਪਹਿਲੇ ਵੀ ਤਿੰਨ ਵਾਰੀ ਕਹਿ ਚੁੱਕਿਆ ਚੌਰੀ ਬੀਜ਼ੀ ਹੈ, ਬੀਜ਼ੀ ਹੈ, ਬੀਜ਼ੀ ਹੈ, ਤੁਸੀਂ ਇਸੇ ਗੱਲ ਦੇ ਪਹਿਲੇ ਵੀ ਤਿੰਨ ਵਾਰੀ ਅੰਦਰ ਹੋਏ ਹੋ, ਪਤਾ ਤੁਹਾਨੂੰ ਇਸ ਗੱਲ ਦਾ? ਓਏ ਬੰਦ ਕਰਦੇ ਫੋਨ, ਮੈਂ ਤੈਨੂੰ ਕਹਿਣ ਡਿਆ ਉਹਨਾਂ ਕੋ ਪਤਾ ਨਹੀਂ ਉਹ ਡੱਬਾ ਜਿਹਾ ਫੜਿਆ, ਲੋਕੇਸ਼ਨ ਦੇ ਕੇ ਤੇ ਲੱਭ ਲੈਂਦੇ ਨੇ, ਬੰਦ ਕਰਦੇ, ਅਸੀਂ ਸਿਆਸੀ ਬੰਦੇ ਆ, ਬੰਦ ਕਰਦੇ, ਬੰਦ ਕਰਦੇ, ਤੂੰ ਫੋਨ ਫੜ ਕੇ ਆ ਜਾਣਾ, 5 ਸਾਲ ਬਾਅਦ ਫੇਰ ਸੁਣਿਆ ਨੇ ਆਸਤਾ ਬੋਲ, ਆਸਤਾ ਮੈਂ ਚੋਰੀ ਦਾ ਸੈਕਟਰੀ ਆ, ਆਸਤਾ ਬੋਲ, ਹਾਂ ਸਾਨੂੰ ਕੀ ਮਤਲਬ, ਸੈਕਟਰੀ ਆ ਮੈਂ, ਬੈਟਰੀ ਆ ਤੂੰ, ਤੇਰਾ ਮੈਂ ਉੱਥੇ ਜਾ ਕੇ ਪਤਾ ਕਰਨਾ, ਤੂੰ ਜਿਹੜਾ ਮਿੰਟ ਮਿੰਟ ਬਾਅਦ ਮੇਰੇ ਕੰਨ ਨੂੰ ਫੋਨ ਲਾਉਣਾ, ਮੈਂ ਤੇਰਾ ਕਰਨਾ ਪਤਾ ਤੇਰਾ। ਚਲ ਸਾਹਿਬ ਕੀ ਗੱਲ ਹੈ, ਇਹਨੂੰ ਨਾਲ ਨਾ ਲੈ ਕੇ ਆਇਆ ਕਰੋ। ਉਹ ਕਿਉਂ ਏ? ਹੈ ਐਵੇਂ ਕੋਈ ਫੜ ਕੇ ਦੰਦ ਜੀ ਫੇਰਨ ਲੈ ਪਊਗਾ। ਚਲ ਸਾਹਿਬ ਠੀਕ ਹੈ, ਮੈਂ ਉੱਥੇ ਬਾਹਰ ਖੜਾ ਹੁੰਦਾ ਵਾ, ਜਿਹੋ ਹੀ ਕੋਈ ਫੋਨ ਆਇਆ ਮੈਂ ਆਪੇ ਨਿਬੜ ਲਵਾਂਗਾ। ਚੱਲ ਚੱਲ ਜਾ ਕੇ ਬਾਹਰ ਖਲੋ, ਗੱਡੀ ਦੇ ਕੋਲ ਖਲੋ ਜਾ ਕੇ। ਚੰਗਾ ਭੇਜ ਛੱਡਿਆ ਤੈਨੂੰ? ਕੀ ਭੇਜ ਛੱਡਿਆ, ਇਹਦੀ ਵਜ੍ਹਾ ਨਾਲ ਮੈਂ ਤਿੰਨਾਂ ਦੀ ਪਹਿਲੇ ਫੜਿਆ ਗਿਆ। ਅੱਛਾ, ਇਹਨੂੰ ਮੈਂ ਬਾਅਦ ਭੇਜ ਦਾਂਗਾ ਜਾ ਕੇ ਗੱਡੀ ਕੋਲ ਖਲੋ, ਜਦੋਂ ਉਹ ਆਉਣ ਤੇ ਮੈਨੂੰ ਦੱਸੀ ਆਣ ਕੇ, ਜਦੋਂ ਉਹ ਆਉਂਦੇ ਨੇ ਇਹ ਨੱਸ ਜਾਂਦਾ, ਉਹ ਮੈਨੂੰ ਫੜ ਲੈਂਦੇ ਨੇ, ਇਹਦੀ ਵਜ੍ਹਾ ਨਾਲ ਮੈਂ ਤਿੰਨਾਂ ਦੀ ਦਰ ਸ਼ਾਬਾ 6000 ਦੇ ਢਿੱਡੀਆਂ ਛੂਟਾ ਲਾਉਣ ਵਾਲੇ ਦੇ। ਚਲ ਸਾਹਿਬ ਦੱਸੋ ਤੁਸੀਂ ਕਰੋ ਕੋਈ ਫਰਮਾਇਸ਼, ਅਸੀਂ ਪੂਰੀ ਕਰੀਏ। ਆਈ ਛੋਟੀ ਭੈਣ ਨਾ ਇੰਡੀਅਨ ਗਾਣੇ ਆਪਣਾ ਨੱਚਦੀ, ਅੱਛਾ ਸਾਡਾ ਗੁਰੂ ਹੈ ਨਾ, ਉਸ ਤੋਂ ਗਾਣੇ ਡਾਂਸ ਕਰਦਾ। ਅੱਛਾ ਉਸੇ ਪਛਤੋ ਕਰੀ ਜਾਣਾ ਨਾ, ਤੇ ਮੂੰਹ ਪਰੇ ਨਹੀਂ ਹੁੰਦਾ ਜਿਹੜਾ ਪਰਦਾ ਰਹਿ ਜਾਂਦਾ। ਹਾਂ ਨਹੀਂ ਤੂੰ ਚੰਗਾ ਪਰਦੇ ਪਰਦੇ ਨਾਲ ਨੱਚਦੀ ਹੈ। ਹਾਂ ਉਹ 5 ਸਾਲ ਨਾਲ ਪਸ਼ਾਵਰ ਰਹੀ ਆ। ਅੱਛਾ ਹਾਂ, ਦੇਖ ਬੋਲ ਵੀ ਲੰਮਾ ਕੇ, ਵੈਰੀ ਗੁੱਡ ਵੈਰੀ ਗੁੱਡ, ਗਰੀਆ ਰੱਖਿਆ ਸੀ ਇਹਨੇ। ਅੱਛਾ ਹਾਂ, ਇਹ ਦੋਸਤ ਸੀ ਪਠਾਨ, ਫਿਰ ਐਡੀ ਨਾ ਸਵਾਰ ਪਰ ਇੱਥੇ ਆਉਂਦਾ ਸੀ, ਹਾਂ ਫਿਰ ਆਪਣੇ ਮੂੰਹ ਕੱਢ ਕੇ ਇਹਦੇ ਮੂੰਹ 'ਚ ਪਾਉਂਦਾ ਸੀ। ਅੱਛਾ ਫਿਰ ਇਹ ਮੂੰਹ 'ਚ ਨੂੰ ਐਂ ਕਰਦਾ ਸੀ, ਇਹਦੇ ਬੁੱਲ ਗਏ ਕਿਵੇਂ ਲੰਮਾ ਗਿਆ ਥੱਲਾ। ਨਹੀਂ ਨਹੀਂ ਉਹ ਮਰ ਗਿਆ ਨਹੀਂ, ਤੂੰ ਯਾਦ ਕਰਾਤਾ ਉਸ ਪਠਾਨ ਨੂੰ, ਬੁੱਲ ਖਿੱਚਦਾ ਰਹਿੰਦਾ ਸੀ ਇਹਦੇ। ਅੱਛਾ ਜੀ, ਹਾਂਜੀ ਬੁੱਲ ਖਿੱਚ ਖਿੱਚ ਕੇ ਦੇਖ ਨਾ ਕਿੱਡੇ ਲਾਸ਼ ਕੱਟ ਕਰਕੇ ਬੁੱਲ ਕਰ ਦਿੱਤੀ। ਨਹੀਂ ਤਾਂ ਤੂੰ ਕਿਉਂ ਜਿਹੜੇ ਬੁੱਲ ਕਰਾ ਰਿਹਾ ਆਪਣੇ, ਮੇਰੀ ਗੱਲ ਨਹੀਂ ਸਮਝ ਕੀ ਕਰਾਂ, ਬੜਾ ਅੜੀਅਲ ਸੀ ਮੇਰਾ ਗਿਰਿਆ। ਉਹ ਪਠਾਨ ਸੀ ਨਾ, ਔਰ ਬੋਲੀ ਸੀ। ਅੱਛਾ ਉਹ ਐਂ ਜਿਹਾ ਸਵਾਰ ਹੁੰਦਾ ਸੀ ਜਦੋਂ, ਹਾਂ ਮੇਰੇ ਲੱਗਦੇ ਫਿਰ ਐਂ ਜਿਹਾ ਬੋਲ ਖਿੱਚ ਕੇ ਰੱਖਦਾ ਸੀ ਜਦੋਂ, ਯਾਨੀ ਕੜੇ ਕਰਾ ਜਾ ਨੀਲੋ ਸ਼ਮਕੋਲਾ ਦਿਖਾ ਨੂੰ ਚੌਧਰੀ ਨੂੰ, ਦੋ ਪੈਰ ਦਿਖਾਓ ਜਰਾ, ਡਾਂਸ ਦਿਖਾ। ਚਲੋ ਚਲ ਮੈਂ ਗਾਣੀ ਤੋਂ ਗਾ, ਚਲੋ ਡਾਂਸ ਮੁੰਡੇ ਅੱਡ ਪੱਟਾ ਗੱਡ ਮੇਰਾ ਨਿਸ਼ਰ ਮਦਾ ਕੁੰਡ ਲਾਈਦਾ, ਹਾਏ ਹਾਏ ਨਿਸ਼ਰ ਮਦਾ ਗੜ ਲਾਈਦਾ, ਮੁੰਡੇ ਅੱਡ ਪੱਟਾ ਛੱਡ ਮੇਰਾ ਨਿਸ਼ਰ ਮਦਾ ਕੁੰਡ ਲਾਈਦਾ, ਕਹਿੰਦੀ ਨੀ ਸਤਾਉਣਾ ਚਾਹੀਦਾ, ਕਹਿੰਦੀ ਸਦਾ ਮੇਰੀ ਆਈ ਬਸ ਬਸ ਬਈ, ਇਹ ਹੀ ਚਾਹੀਦਾ, ਵੈਰੀ ਗੁੱਡ, ਬਹੁਤ ਅੱਛੇ, ਲੱਛ ਪਾ ਦਿਆ ਗਿਆ ਕਰੀ, ਵੈਰੀ ਗੁੱਡ, ਸ਼ਾਬਾਸ਼, ਲੈ ਜਾਓ ਨਾਲ ਹੀ ਇਹਨੂੰ ਤੁਸੀਂ। ਹੈ ਕੀ ਬਾਤ ਹੈ ਬਈ, ਤੇ ਖੁਸ਼ ਆ ਮੈਂ ਵੀ, ਵੈਰੀ ਗੁੱਡ, ਦੱਸ ਦੇ ਕਿਹੜਾ ਗਾਣਾ ਕਰਨਾ ਸੀ, ਲੈ ਬਾਜੀ ਹੁਣ ਤੂੰ ਨੱਚ, ਮੈਂ ਬੈਗ ਨਾਲ ਗਾਣਾ ਗਾਣੀ ਨਾਲ ਵੇਖਣੀ ਆ। ਹਾਂ ਆ ਜਾ ਵੀ ਤੂੰ ਇੱਧਰ ਆ ਜਾ। ਹਾਂ ਬਈ ਚੱਲ, ਨੀ ਮੇਰਾ ਸਾਥ ਦੇਈ ਥੋੜਾ ਥੋੜਾ ਗਾਉਣ ਚ, ਚੱਲ ਗਾਣਾ ਗਾ, ਬਿੱਲੋ ਠੁਮਕਾ ਲਗਾ, ਬਿੱਲੋ ਠੁਮਕਾ ਲਗਾ, ਬਿੱਲੋ ਠੁਮਕਾ ਲਗਾ, ਬਿੱਲੋ ਠੁਮਕਾ ਲਗਾ, ਸਾਨੂੰ ਸਭ ਨੂੰ ਨਚਾ, ਬਿੱਲੋ ਠੁਮਕਾ ਲਗਾ।
ਬਈ ਕਮਾਲ ਕਰ ਛੱਡਿਆ, ਕਿਆ ਬਾਤ ਹੈ। ਮੈਂ ਕਹਿੰਦਾ ਵੀ ਮੈਨੂੰ ਇਹੋ ਕੁਛ ਹੀ ਚਾਹੀਦਾ ਹੈ ਬਸ। ਚੌਰੀ ਇਹ ਚੇਲੇ ਮੇਰੇ ਅੜੀਅਲ ਛੇੜੇ ਨੇ। ਮੈਂ ਤੁਹਾਡੇ ਕੋਲ ਐਵੇਂ ਨਹੀਂ ਆਇਆ, ਮੈਨੂੰ ਬੜੀਆਂ ਦਸਾਂ ਪਈਆਂ ਨੇ ਤੇ ਤੁਹਾਡੇ ਕੋਲ ਪਹੁੰਚਿਆ ਮੈਂ। ਵੀ ਵੈਰੀ ਗੁੱਡ, ਮੈਨੂੰ ਇਹੀ ਚਾਹੀਦਾ ਸੀ। ਲੈ ਜਾ ਗਿਆਨੀ ਨੂੰ ਬੂਹਾ ਮੰਗਾ ਕੇ ਆ ਜਾ। ਕਿਤੇ ਗੁਰੂ ਜੀ ਮੈਂ ਖੁੱਲ ਕੇ ਨੱਚੀ ਨਹੀਂ ਜੋ ਸਾ, ਤੇ ਮੈਂ ਖੁੱਲ ਕੇ ਨੱਚਾ ਤੇ ਮੈਂ ਟੋਏ ਪਾ ਦਿੰਦੀ ਹਾਂ। ਨਹੀਂ ਨਹੀਂ ਨਹੀਂ, ਖੁੱਲ ਕੇ ਤੁਸੀਂ ਹਲੇ ਨੱਚਣਾ ਵੀ ਨਹੀਂ, ਜਿੱਥੇ ਮੈਂ ਤੁਹਾਨੂੰ ਲੈ ਕੇ ਜਾਣਾ ਉੱਥੇ ਨੱਚਣਾ ਖੁੱਲ ਕੇ ਬਸ। ਚਲੋ ਠੀਕ ਆ। ਹਾਂ ਬਾਜੀ ਨੇ ਪਿੱਛੇ ਬੰਦੇ ਬੜੇ ਚੇ ਮਰਦੇ ਨੇ। ਹਾਂ ਦੱਸ ਰਿਹਾ, ਗੱਲ ਦੱਸਾਂ ਇਹ ਖੁੱਲ ਕੇ ਨੱਚੀ ਨਹੀਂ ਅਗਲੀ ਆਤਾ ਤੇ ਸੁੰਗੜੀ ਸੁੰਗੜੀ ਫਿਰਦੀ ਆ। ਹਾਂ ਸਮਾਰ ਲੈਣੀ ਆ ਮੈਂ। ਵੇ ਗੱਲ ਇਹ ਵੇ ਕਿ ਮੈਂ ਤੁਹਾਡੇ ਕੋਲ ਇਸ ਲਈ ਆਇਆ, ਤੁਹਾਨੂੰ ਪਤਾ ਹੈ ਅੱਜ ਕੱਲ ਮਾਡਲ ਦੌਰ ਆ ਗਿਆ ਹੈ, ਠੀਕ ਹੈ। ਇਹ ਹੁਣ ਚੌਕੇ ਛੱਕੇ ਆ ਚੜੀ ਨਹੀਂ ਆਪਣੇ ਮੈਚ ਲੱਗਣ ਡਏ, ਉਹ ਮੈਚਾਂ ਦੇ ਉੱਤੇ ਚੌਕੇ ਛੱਕੇ ਦੇ ਉੱਤੇ ਕੁੜੀਆਂ ਨੱਚਣ ਡਈਆਂ ਨੇ, ਠੀਕ ਹੈ। ਹਰ ਕੰਮ ਦੇ ਵਿੱਚ ਕੁੜੀਆਂ ਆ ਗਈਆਂ ਨੇ। ਮੈਂ ਚਾਹੁੰਦਾ ਕਿ ਮੈਂ ਵੀ ਨਾ ਇੱਕ ਨਵਾਂ ਕੰਮ ਕਰਾਂ ਕੋਈ। ਕਿਹੜਾ ਜੀ ਚੋ ਸਾਹਿਬ? ਗੱਲ ਇਹ ਵੇ ਕਿ ਮੈਂ ਖਲੋ ਰਿਹਾ ਇਲੈਕਸ਼ਨ ਦੇ ਉੱਤੇ, ਅੱਛਾ, ਤੇ ਆ ਜਲਸਿਆਂ ਦੇ ਵਿੱਚ ਰਸ਼ ਰੁਸ਼ ਦਾ ਅੱਜ ਕੱਲ੍ਹ ਪੈ ਨਹੀਂ ਰਿਹਾ ਹੈਗਾ। ਮੈਂ ਚਾਹੁੰਦਾ ਵਾਂ ਕਿ ਮੈਂ ਜਿੱਥੇ ਤਕਰੀਰ ਕਰਾਂ ਨਾ, ਜਿੱਥੇ ਮੇਰਾ ਜਲਸਾ ਹੋਵੇ, ਮੈਂ ਜਾਣ ਤੋਂ ਪਹਿਲੇ ਤੁਸੀਂ ਪੰਜ ਪੰਜ ਛੇ ਛੇ ਗਾਣੇ ਕਰ ਦੇਣੇ ਵਾਜੇ ਇੱਕ। ਅੱਛਾ, ਪੰਜ ਪੰਜ ਛੇ ਛੇ ਗਾਣੇ ਕਰਕੇ ਛਾਪਰ ਚ ਪਾ ਕੇ ਰੱਖ ਦਈਏ। ਗੱਲ ਇਹ ਕਿ ਜਿੱਥੇ ਮੈਂ ਜਲਸਾ ਕਰਨਾ ਨਾ, ਉੱਥੇ ਤੁਸੀਂ ਮੇਰੇ ਆਉਣ ਤੋਂ ਪਹਿਲੇ ਇੰਝ ਮਜਮਾ ਬੰਨਣਾ, ਠੀਕ ਹੈ ਨਾ? ਰਸ਼ ਪਵਾ ਦੇਣਾ, ਰਸ਼ ਪਾਉਣਾ, ਠੀਕ ਹੈ। ਆਵਾਮ ਇਕੱਠੀ ਕਰਨੀ ਹੈ ਤਾਂ ਕਿ ਮੇਰੇ ਜਲਸੇ ਚ ਦੁਨੀਆ ਹੀ ਦੁਨੀਆ ਹੋਵੇ। ਅੱਛਾ ਅੱਛਾ, ਯਾਨੀ ਕਿ ਇਹਨਾਂ ਨੂੰ ਨਿਚਾਨ ਜਾ ਕੇ ਨਾ ਜਲਸੇ ਨੂੰ ਫੁੱਲ ਕਰ ਦੇਣਾ, ਤੇ ਤੁਹਾਨੂੰ ਤੁਸੀਂ ਫਿਰ ਬਾਅਦ ਦੇ ਵਿੱਚ ਆਉਣਾ। ਤੇ ਪੈਸੇ ਦੀ ਤੁਸੀਂ ਟੈਨਸ਼ਨ ਨਹੀਂ, ਨਾ 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 ਨਾ, ਪੈਸੇ ਜਦੋਂ ਤੁਸੀਂ ਆਉਣਾ ਤੁਹਾਡੀਆਂ ਝੋਲੀਆਂ ਭਰ ਦੇਣੀਆਂ ਮੈਂ, ਤੁਹਾਨੂੰ ਪਤਾ ਹੀ ਨਹੀਂ। ਸਾਡੇ ਝੋਲੀ ਨਾ ਟਮਾਟਰ ਆਂਡੇ ਨਾ ਪਾ ਦੇਵੀ। ਨਹੀਂ ਨਹੀਂ, ਕੀ ਕਰਾਂ ਮੈਂ ਇੰਜ ਕਰਕੇ, ਇੰਜ ਕਰਕੇ ਮੈਂ ਖਲੋਵਾਂ ਨਾ ਜਲਸਾ ਕਰਨ ਵਾਸਤੇ। ਮੈਂ ਜਿੱਦਾਂ ਇੰਜ ਕਰਕੇ ਪੰਡਾਲ ਦੇ ਵਿੱਚ ਆਵਾਂ, ਅੱਛਾ, ਤੇ ਮੈਂ ਜਦੋਂ ਮੈਕ ਫੜ ਕੇ ਗਾਵਾਂ, ਮੇਰੀ ਉਹ ਭੈਣੋ ਤੇ ਮੇਰੇ ਭਰਾਓ। ਬਸ ਚੋ ਸਾਹਿਬ ਮੈਂ ਸਮੇ ਗਈ ਆ, ਪਤਾ ਚੱਲ ਗਿਆ ਕਿਸ ਤਰ੍ਹਾਂ ਡਾਂਸ ਕਰਨਾ। ਚੱਲ ਬਹਿ ਨਹੀਂ ਬਾਜੀ ਇੱਥੇ ਜਾ ਕੇ। ਨਹੀਂ ਨੀਲੋ, ਬਹੁਤ ਸ਼ੌਕ ਆ ਨੱਚਣ ਦਾ ਹੈ। ਨਹੀਂ ਨੀਲੋ, ਅੱਛਾ ਤੇ ਨੱਚਣ ਨੂੰ ਫਿਰਦੀ ਆ ਤੂੰ, ਤੇ ਕੰਮ ਹੀ ਸਾਰੀ ਉਮਰ ਇਹੀ ਕੀਤਾ ਨੱਚਣ ਵਾਲਾ ਹੀ ਕਰਦਾ। ਨੱਚਣਾ ਤੂੰ, ਤੂੰ ਖੁਸ਼ ਹੋ ਜਾ। ਚੱਲ ਹੀ ਮਾਰੇ ਚੁੱਪ ਕਰ। ਨਹੀਂ ਨੀਲੋ, ਐਕਸ਼ਨ ਪੂਰਾ ਨਹੀਂ, ਪੈਸੇ ਬਹੁਤ ਆਉਣੇ ਆ। ਮੇਰੀ ਉਹ ਭੈਣੋ ਤੋਂ ਮੇਰੇ ਪਾਓ, ਇਲੈਕਸ਼ਨ ਮੈਨੂੰ ਜਿਤਾਓ ਤੇ ਵੋਟਾਂ ਮੈਨੂੰ ਪਾਓ। ਤੇ ਅਸੀਂ ਇਨਸ਼ਾਅੱਲਾ ਜਿੱਤ ਕੇ ਤੁਹਾਡੀਆਂ ਤਕਦੀਰਾਂ ਬਦਲ ਦਾਂਗੇ। ਤੁਹਾਨੂੰ ਕਿਸੇ ਸ਼ਹਿਰ ਦੀ ਟਾਈਮ ਹੈ, ਤੁਹਾਡੇ ਘਰਾਂ ਦੇ ਵਿੱਚ ਗੈਸ ਲਵਾ ਦਾਂਗਾ, ਤੁਹਾਡੇ ਘਰ 'ਚ ਦੋ ਦੋ ਮੀਟਰ ਲਵਾ ਦਾਂਗਾ। ਮੇਰੀ ਉਹ ਭੈਣੋ ਤੋਂ ਮੇਰੇ ਪਾਓ, ਮੈਨੂੰ ਇਲੈਕਸ਼ਨ ਜਿਤਾਓ ਤੇ ਵੋਟ ਮੈਨੂੰ ਪਾਓ। ਉਹ ਤੁਹਾਡੀ ਮਾਂ ਵੀ ਕੁਛ ਕਰ ਲੈਂਦੀ ਕਿ ਨਹੀਂ ਕਰ ਲੈਂਦੀ? ਪੈਸੇ ਨਹੀਂ ਆਉਣੇ ਬੈਠੀ ਜੀ ਚੌਰੀ ਸਾਹਿਬ, ਮੇਰੇ ਭਰਾਓ, ਮੇਰੇ ਬਜ਼ੁਰਗੋ ਤੇ ਮੇਰੇ ਬੱਚਿਓ, ਮੈਨੂੰ ਵੋਟ ਪਾ ਕੇ ਕਾਮਯਾਬ ਕਰਾਓ। ਮੈਂ ਤੁਹਾਡੇ ਮਹੱਲਿਆਂ ਦੇ ਵਿੱਚ ਸਕੂਲ ਬਣਾ ਦਾਂਗਾ, ਤੁਹਾਡੇ ਬੱਚੇ ਬਾਹਰ ਪੜ੍ਹ ਨਹੀਂ ਜਾਣਗੇ। ਤੁਹਾਡੇ ਕਹਿੰਦੇ ਨਾ ਗੈਸ ਨਹੀਂ ਆਉਂਦੀ, ਮੈਂ ਇੱਕ ਇੱਕ ਗੋਲੀ ਗੈਸ ਵਾਲੀ ਤੁਹਾਨੂੰ ਦੇਣੀ, ਤੁਹਾਡੇ ਘਰਾਂ 'ਚ ਇੰਨੀ ਗੈਸ ਆਏਗੀ ਭਾਵੇਂ ਤੁਸੀਂ ਲੋਕਾਂ ਨੂੰ ਦਿੰਦੇ ਫਿਰਨਾ, ਤੇ ਤੁਹਾਡੀ ਜਿਹੜੀ ਬਿਜਲੀ ਜਾਂਦੀ ਹੈ ਕਦੀ ਨਹੀਂ ਜਾਏਗੀ, ਕਿਉਂਕਿ ਮੈਂ ਤੁਹਾਡੇ ਮੀਟਰ ਰਹਿਣ ਹੀ ਨਹੀਂ ਦੇਣੇ। ਮੈਂ ਡਾਇਰੈਕਟ ਕੁੰਡੇ ਪਾਉਣੇ ਨੇ ਅੱਜ ਕਰਕੇ, ਤੁਹਾਡੀ ਲਾਈਟ ਜਾਵੇ ਹੀ ਨਾ ਕਦੀ। ਗਲੀਆਂ ਮੈਂ ਤੁਹਾਡੀਆਂ ਦੇ ਵਿੱਚ ਸੋਲਗ ਲਵਾ ਦਿਆਂਗਾ, ਸੜਕਾਂ ਬਣਾ ਦਿਆਂਗਾ, ਮੈਂ ਤੁਹਾਨੂੰ ਕਿਸੇ ਸ਼ਹਿਰ ਦੀ ਕਮੀ ਨਹੀਂ ਆਉਣ ਦਿਆਂਗਾ। ਕੀ ਗੱਲ ਹੈ ਕਿੱਥੇ ਚਲ ਗਈਆਂ? ਕੁੜੀਆਂ ਚਲ ਗਈਆਂ, ਮੇਰੀ ਗੱਲ ਤੇ ਸੁਣੋ, ਕੀ ਹੋ ਗਿਆ ਤੁਹਾਨੂੰ? ਹੈ
ਨਹੀਂ ਮੇਰੀ ਮਾਂ ਗੱਲ ਤਾਂ ਸੁਣ ਲਾ ਕੀ ਹੈ ਗੁਰੂ ਮੇਰੀ ਸਹੀ ਆਉਂਦੀ ਮੇਰਾ ਮਾਹੀ ਨੀ ਫਿਕਰ ਨਾ ਕਰੋ ਨੀ ਫਿਕਰ ਨਾ ਕਰੋ ਮੈਂ ਸ਼ੀਸ਼ਕਾਂ ਚੇਸ ਕਰਾ ਦੂੰਗੀ ਆ ਸ਼ੀਸ਼ਕਾਂ ਜਿਹੜੀਆਂ ਨਾ ਜਿਵੇਂ ਮੈਂ ਚੇਸ ਕਰਾਈਆਂ ਇਹਦੀਆਂ ਵੀ ਕਰਾ ਦੂੰਗੀ ਨਹੀਂ ਮਾਂ ਮੈਂ ਕਿਸੇ ਲੱਗਣੀ ਦੱਸਦੀ ਨਹੀਂ ਚਾਹੁੰਦੇ ਹੋ